ਵੀਡੀਓ ਵਿੱਚ ਲੋਕੀ ਪੁੱਛ ਰਿਹਾ ਕੌਣ ਹੈ ਕੌਣ ਹੈ। ਉਹ ਮੁੰਡਾ ਅੱਗੇ ਬੈਠਾ ਜਿਹਦੇ ਗੋਲੀ ਵੱਜੀ, ਉਹ ਦੱਸ ਹੀ ਨਹੀਂ ਰਿਹਾ ਵੀ ਕੌਣ ਹੈ ਇਹ, ਕਿਹਨੂੰ ਗੋਲੀਆਂ ਵੱਜੀਆਂ। ਉਹ ਚੁੱਪ ਕਰ ਰਿਹਾ, ਉਹ ਵੇਖ ਰਿਹਾ ਵੀ ਕਿਤੇ ਇਹ ਬਚ ਨਾ ਜਾਏ ਸਿੱਧੂ ਮੂਸੇ ਵਾਲਾ, ਵੀ ਖਤਮ ਹੋ ਜਾਏਗਾ ਇੱਥੇ ਪਿਆਰ ਹੈਗਾ ਫਿਰ ਸੰਗੇ। ਉਹਨੇ ਦੱਸੇ ਨਹੀਂ, ਲੋਕਾਂ ਨੇ ਪਛਾਣ ਕੇ ਕਿਹਾ ਵੀ ਇਹ ਸਿੱਧੂ ਮੂਸੇ ਵਾਲਾ, ਪਰ ਜਿਹੜਾ ਬੰਦਾ ਨਾਲ ਬੈਠਾ ਉਹਨੇ ਬਿਲਕੁਲ ਨਹੀਂ ਕਿਹਾ ਵੀ ਇਹ ਸਿੱਧੂ ਮੂਸੇ ਵਾਲਾ, ਜੋ ਗੋਲੀਆਂ ਮਾਰਤੀਆਂ ਉਹਨੂੰ ਜਾਂ ਮੇਰੇ ਬਾਂਹ ਤੇ ਗੋਲੀ ਵੱਜ ਗਈ। ਉਹ ਚੁੱਪ ਕਰਕੇ ਗੱਡੀ ਬੈਠਾ ਅਰਮਾਨ ਨਾਲ, ਉਹ ਦੂਜੇ ਲਿਆ ਕੇ ਮੁੰਡੇ ਪਾਣੀ ਪਿਆ ਰਹੇ ਆ। ਇਹ ਗੱਲਾਂ ਧਿਆਨ ਮੰਗਦੀਆਂ ਨੇ, ਇਹ ਧਿਆਨ ਮੰਗਦੀਆਂ, ਧਿਆਨ ਕਰਿਓ ਮੇਰੀ ਗੱਲ ਦਾ। ਇਹ ਕਿਸੇ ਨੇ ਦੱਸਿਆ ਹੋਏਗਾ ਵੀ ਇਸ ਟਾਈਮ ਘਰੋਂ ਨਿਕਲੇ ਆ, ਮਾਸੀ ਕੋਲ ਚੱਲਿਆ, ਸ਼ਾਮ ਨੂੰ ਆਉਣ ਦਾ ਮਤਲਬ ਨੀ। ਫਿਰ ਚਾਬੀਆਂ ਕਹਿੰਦੇ ਨੇ ਗੱਡੀ ਦੀ ਚਾਬੀਆਂ ਲੱਭੀਆਂ ਜਿਹਦੇ ਵਿੱਚ ਇਹਨਾਂ ਆਉਣਾ ਸੀਗਾ, ਉਹ ਘਰੋਂ ਚਾਬੀਆਂ ਗਵਾਚ ਗਈਆਂ ਮੌਕੇ ਤੇ। ਜੇ ਇੱਕ ਦੂਜੀ ਹੋਰ ਗੱਡੀ ਸੀ, ਉਹ ਗੱਡੀ ਦੀ ਹਵਾ ਨਿਕਲੀ ਹੋਈ ਸੀ ਤੇ ਫਿਰ ਥਾਰ ਤੇ ਆਏ ਆ। ਇਹ ਘਰੋਂ ਹੀ ਸਕੀਮ ਪਹਿਲਾਂ ਬਣ ਚੁੱਕੀ ਸੀ ਵੀ ਸ਼ਾਮ ਨੂੰ ਜਾਣਾ ਤੇ ਜਿਹੜੀ ਗੱਡੀ ਹੈਗੀ ਬੁਲਟ ਪਰੂਫ, ਉਹਦੀ ਚਾਬੀਆਂ ਗੁੰਮ ਗਈਆਂ ਤੇ ਫਿਰ ਵਿੱਚ ਜਿਹੜੇ ਗਨਮੈਨ ਨੇ ਉਹ ਬਹਿ ਨਹੀਂ ਦਿੱਤੇ। ਇਹ ਜਿਹੜੇ ਨਾਲ ਮੁੰਡੇ ਨੇ ਇਹਨਾਂ ਤੋਂ ਇਨਕੁਆਰੀ ਕੀਤੀ ਜਾਏ ਤੇ ਜਿਹੜਾ ਮੋਬਾਈਲ ਤੇ ਇਹਨਾਂ ਨੇ ਆਪਣਾ ਸਾਰਾ ਕੁਝ ਦਿੱਤਾ ਸੀ ਉਹਨਾਂ ਨੂੰ ਦੱਸੀ ਗਿਆ ਵੀ ਕਿੱਥੇ ਆ ਗਿਆ ਕਿੱਥੇ ਨਹੀਂ। ਉਹ ਮੋਬਾਈਲ ਵੀ ਉਹ ਬੰਦੇ ਲੈ ਕੇ ਗਏ ਹੋਣਗੇ ਇਹਨਾਂ ਕੋਲੋਂ। ਜਦੋਂ ਮੁੰਡਾ ਦੁਬਾਰੇ ਆਇਆ ਨਾ, ਮੁੜ ਕੇ ਦੱਸ ਰਿਹਾ ਵੀ ਦੁਬਾਰੇ ਮੁੰਡਾ ਦੋ ਵਾਰੀ ਮੁੜ ਕੇ ਆਇਆ, ਉਹਨੇ ਵੇਖਿਆ ਹੁਣ ਉਹ ਬਚਣ ਵਾਸਤੇ ਤੇ ਗੱਲ ਕਹਿ ਰਿਹਾ ਨਾ ਵੀ ਉਹ ਜਦੋਂ ਦੁਬਾਰਾ ਜਦੋਂ ਮੈਂ ਤਾਂ ਧੋਣ ਚੁੱਕੀ ਉਹ ਮੁੰਡੇ ਦੁਬਾਰੇ ਆਏ ਤੇ ਉਹਨਾਂ ਨੇ ਫਿਰ ਗੋਲੀ ਮਾਰੀ। ਉਹਨਾਂ ਨੇ ਫਿਰ ਗੋਲੀ ਮੂਸੇ ਵਾਲੇ ਨੇ ਮਾਰੀ, ਉਹਨਾਂ ਨੇ ਫਿਰ ਗੋਲੀ ਇਹਦੇ ਮਾਰੀ। ਇਹਨਾਂ ਕਿਹਾ ਵੀ ਮੇਰੀ ਭੈਣ ਜੋ ਮੈਨੂੰ ਤੇ ਗੋਲੀ ਮਾਰ ਜਾਓ, ਜੇ ਮੈਨੂੰ ਗੋਲੀ ਨਹੀਂ ਵੱਜੀ ਤੇ ਮੈਨੂੰ ਸ਼ੱਕ ਪਊਗਾ। ਇਹ ਮੁੰਡੇ ਦੇ ਖੁਦ ਦੇ ਬਿਆਨ ਨੇ ਵੀ ਉਹਨਾਂ ਨੇ 2 ਮਿੰਟ ਦੁਬਾਰੇ ਆ ਕੇ ਫਿਰ ਗੋਲੀ ਮਾਰੀ ਆ। ਉਹ ਜਿਹੜੇ ਆ ਕੇ ਦੁਬਾਰੇ, ਇੱਕ ਤੇ ਤੂੰ ਮੋਬਾਈਲ ਲੈ ਕੇ ਹੋਣਗੇ ਜਿਹਦੇ ਉੱਤੇ ਇਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਕਿੱਥੇ ਆ ਗਿਆ ਕਿੱਥੇ ਨਹੀਂ, ਤੇ ਇੱਕ ਉਹਨੂੰ ਦੁਬਾਰੇ ਬਾਂਹ 'ਚ ਗੋਲੀ ਮਾਰ ਕੇ ਗਏ ਆ। ਪਹਿਲਾਂ ਕੋਈ ਗੋਲੀ ਨਹੀਂ ਵੱਜੀ, ਸਾਹਮਣੇ ਗੋਲੀਆਂ ਸਿੱਧੂ ਦੇ ਵੱਜੀਆਂ, ਉਹਦੇ ਸਾਰੇ ਸਰੀਰ ਤੇ ਵੱਜ ਗਈਆਂ, ਸਾਹਮਣੇ ਦੂਜੇ ਮੁੰਡੇ ਤੇ ਵੱਜੀਆਂ, ਉਹਦੇ ਕਿਤੇ ਨਹੀਂ ਵੱਜੀ, ਇਕੱਲੇ ਬਾਂਹ ਤੇ ਵੱਜੀ ਆ। ਇਹ ਉਦੋਂ ਮਾਰੀਆਂ ਉਹਦੇ ਸਾਹਮਣੇ ਸ਼ੀਸ਼ੇ ਤੇ ਮੁੰਡੇ ਨੂੰ ਜਦੋਂ ਬਚਾ ਕੇ ਇਹਨਾਂ